ਬੱਚੇ ਵੱਧ ਲੱਗਦੇ ਘੱਟ ਲੱਗਦੇ ਉਹ ਤੁਹਾਡਾ ਸਮਝ ਆ। ਦੇਖੋ ਜਿਹੜੇ ਪਿੱਛੇ ਬੱਚੇ ਦਾ ਜੋ ਹੋਇਆ ਉਹ ਬੰਦਕ ਦੇ ਮਿਸਰ ਵਰਤੇ ਹੋਏ ਆ। ਹਾਈਕੋਰਟ ਤੁਹਾਨੂੰ ਜ਼ਿਆਦਾ ਚੁੱਕਿਆ ਸਕਦੀ ਹੈ ਨਾਲ ਵੀ ਕਹਿੰਦਾ ਨਹੀਂ ਚੁੱਕਿਆ। ਸੰਗਰੂਰ ਦੇ ਵਿੱਚ ਇੱਕ ਵੈਨ ਦੇ ਐਕਸੀਡੈਂਟ ਹੋਇਆ ਸੀਗਾ, ਉਹਦੇ ਕਰਕੇ ਅੱਜ ਮੀਟਿੰਗ ਰੱਖੀ ਆ। ਇਸ ਤੋਂ ਪਹਿਲਾਂ ਵੀ ਮਾਣਯੋਗ ਸੀ ਪੀ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਵੱਖਰੀ ਟੀਮ ਬਣਾਈ ਹੋਈ ਹੈ ਜਿਹੜੀ ਸਾਰੇ ਸਕੂਲਾਂ 'ਚ ਜਾ ਕੇ ਬੱਚਿਆਂ ਨੂੰ ਸਕੂ ਵੈਨ ਡਰਾਈਵਰਾਂ ਨੂੰ ਹਰ ਟਾਈਮ ਦੇ ਟਾਈਮ ਗਾਈਡ ਕਰਦੇ ਨੇ। ਉਸੇ ਲੜੀ ਦੇ ਵਿੱਚ ਅੱਜ ਸਾਰਿਆਂ ਨੂੰ ਵੈਨ ਡਰਾਈਵਰਾਂ ਨੂੰ ਇਕੱਠਾ ਕੀਤਾ ਗਿਆ, ਉਹਨਾਂ ਨੂੰ ਟਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ ਗਿਆ ਅਤੇ ਸਮਝਾਇਆ ਗਿਆ ਵੀ ਗੱਡੀ ਸਾਰੀ ਫਿੱਟ ਹੋਣੀ ਚਾਹੀਦੀ ਆ, ਆਗੂ ਜੋ ਯੰਤਰ ਲੱਗੇ ਹੋਣੇ ਚਾਹੀਦੇ ਆ, ਕੰਡਮ ਗੱਡੀ ਰੋਡ 'ਤੇ ਨਹੀਂ ਹੋਣੀ ਚਾਹੀਦੀ ਹੈ। ਸਕੂਲ ਦੇ ਪ੍ਰਿੰਸੀਪਲ ਸਾਹਿਬਾਨ ਨੂੰ ਵੀ, ਸਕੂਲ ਦੇ ਪ੍ਰਬੰਧਕਾਂ ਨੂੰ ਇਹਦੇ ਬਾਰੇ ਜਾਣੂ ਕੀਤਾ ਗਿਆ। ਅੱਜ ਤੋਂ ਬਾਅਦ ਜੇ ਇਹ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਆ ਜਾਂ ਫਾਲੋ ਨਹੀਂ ਕਰਦੇ ਆ ਇਹਨਾਂ ਦੇ ਟਰੈਫਿਕ ਨਿਯਮਾਂ ਦੇ ਤਹਿਤ ਚਲਾਨ ਕੀਤੇ ਜਾਣਗੇ। ਟਰੈਫਿਕ ਵਾਲਿਆਂ ਸਾਨੂੰ ਜੋ ਵੀ ਨਿਯਮ ਦੱਸੇ ਆ ਜਾਂ ਜੋ ਵੀ ਸਾਨੂੰ ਰੂਲ ਦੱਸੇ ਆ, ਅਸੀਂ ਉਹਨਾਂ ਨਿਯਮਾਂ ਦੀ ਪੂਰੀ ਪਾਲਣਾ ਕਰਾਂਗੇ, ਉਹਨਾਂ ਦੇ ਹਦਾਇਤਾਂ ਦੇ ਮੁਤਾਬਿਕ ਆਪਣਾ ਗੱਡੀ ਚਲਾਵਾਂਗੇ।